ਇਹਨੂੰ ਐ ਵੜ ਕੇ ਇਦਾਂ ਆਏ ਆਉਂਦਾ ਜਵਾਬ ਤਾਂ ਤੋਤਾ ਗਿਆ ਜੀ ਲਓ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਅੱਧੀ ਰਾਤ ਨੂੰ ਤੇ ਆਹ ਬਦਲਤਾ ਹੱਥ ਹੁਣ ਤਾਂ ਹੋ ਗਏ ਸਾਫ ਤੇਲ ਬਦਲਣ ਲੱਗੇ ਸੀਗੇ ਹਨੇਰਾ ਹੋ ਗਿਆ ਕਾਫੀ ਦੇਖ ਹੀ ਸਕਦੇ ਤੁਸੀਂ ਆਹ ਲਾਈਟਾਂ ਦਾ ਬਈ ਆਹ ਫਾਇਦਾ ਇੱਥੋਂ ਆਹ ਖੋਲਿਆ ਸਿੱਧਾ ਖੁੱਲ ਗਿਆ ਹੈ ਨਾ ਥੱਲੇ ਉਹ ਜਦੋਂ ਆਹ ਕੀਤਾ ਸੱਚ ਉਦੋਂ ਆਹ ਲਾਈਟਾਂ ਆਹ ਬਈ ਆ ਲਾਈਟ ਹੋ ਲੱਗੀ ਕਿੱਥੇ ਗਈ ਆਹ ਲੱਗੀ ਲੈ ਜਮਾਂ ਹੀ ਨਾਲ ਇਹਦੇ ਥੱਲੇ ਦੇਖ ਸਕਦੇ ਤੁਸੀਂ ਪੂਰਾ ਜਾਣਾ ਅਤੇ ਖੋਲਤਾ ਏਅਰ ਫਿਲਟਰ ਆਹ ਏਅਰ ਕਹਿ ਆ ਮੈਂ ਮਾਮਲ ਵਾਲ ਫਿਲਟਰ ਜੌਨੀਅਰ ਦਾ ਹੀ ਆ ਸੱਤ ਫੇਰ ਲਵੇਟ ਲਏ ਮੈਂ ਰੋਟੀ ਖਾਣੀ ਸੀਗੀ ਹਾਲੇ ਅਤੇ ਜੌਨੀਅਰ ਦਾ ਹੀ ਆ ਹੈ ਨਾ ਓਰੀਜਨਲ ਲੱਗਿਆ ਹੋਇਆ ਸੀਗਾ ਅਤੇ ਰਾਤ ਨੂੰ ਖੋਲਤਾ ਆ ਹੁਣ ਆਪਾਂ ਹੁਣ ਇਹਨੂੰ ਕੁਛ ਨਹੀਂ ਕਰਨਾ ਸਾਰੀ ਰਾਤ ਇਹ ਪਿਆ ਰਹੂਗਾ ਜੀ ਇਹਨੂੰ ਆਪਾਂ ਛੇੜਾਂਗੇ ਸਵੇਰੇ ਸਵੇਰੇ ਜਾ ਕੇ ਤੇਲ ਦੁਬਾਰੇ ਪਾਵਾਂਗੇ ਨਵਾਂ ਇੱਥੋਂ ਵੀ ਆ ਦੇਖ ਸਕਦੇ ਖੋਲਤਾ ਸਿਰਪਾ ਉਹਦੇ ਲਾਈਟਾਂ ਦਾ ਵੀ ਫਾਇਦਾ ਕਿਉਂ ਸ਼ੂਟਿੰਗ ਚੱਲ ਰਹੀ ਇੱਧਰ ਅਤੇ ਜੀ ਆਹ ਦੇਖ ਸਕਦੇ ਹੋ ਜੌਨੀਅਰ ਦਾ ਓਰੀਜਨਲ ਹੀ ਆਇਲ ਫਿਲਟਰ ਫਲੈਸ਼ਰ ਤੁਸੀਂ ਹੈ ਨਾ ਫਲੈਸ਼ਰ ਚਲਾਈ ਫਿਰਦਾ ਵਾ ਜਾਣ ਕੇ ਫੁਕਰੀਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਫਲੈਸ਼ਰ ਅਤੇ ਆਹ ਲਾਈਟਾਂ ਇਕੱਠੀਆਂ ਚੱਲਦੀਆਂ ਨੇ ਉਹ ਲਾਈਟਾਂ ਆਪਾਂ ਕੰਮ ਨੂੰ ਲਾਈਆਂ ਸੀਗੀਆਂ ਚਾਨਣ ਨਹੀਂ ਤਾਂ ਉਹਨਾਂ ਦੇ ਨਾਲ ਹੀ ਚੱਲਦੀਆਂ ਨੇ ਇਹ ਅਤੇ ਆਹ ਦੇਖ ਸਕਦੇ ਹੋ ਆਇਲ ਫਿਲਟਰ ਜੌਨੀਅਰ ਇੱਧਰੋਂ ਆ ਵੀ ਇਹਦਾ ਹੀ ਹੈ ਜੀ ਇੰਜਨ ਆਇਲ ਓਰੀਜਨਲ ਜੌਨੀਅਰ ਦਾ ਜਾਣੀ ਰਜੌਨੀਅਰ ਵਾਲੇ ਚੱਲਦੇ ਆ ਬਾਕੀ ਟਰੈਕਟਰਾਂ ਦਾ ਫੇਰ ਜਿਵੇਂ ਕੈਸਟਰੋਲ ਇਹਦੇ ਵੀ ਚੱਲੀ ਜਾਂਦੇ ਆ ਆਪਾਂ ਉਹਨਾਂ ਨੇ ਪਾਈ ਜਾਂਦੇ ਆ ਕੈਸਟਰੋਲ ਵਗੈਰਾ ਇਹ ਠੀਕ ਆ ਵੀ ਅਤੇ ਆਈਆਂ ਗੱਲ ਜਾਣੀ ਆਹ ਚੀਜ਼ ਬੜੀ ਘੈਂਟ ਬਾਈ ਬਾਕੀ ਸਵੇਰ ਦਿਖਾਵਾਂਗੇ ਤੁਹਾਨੂੰ ਜੇ ਇਹਦੇ ਨਾਲ ਕਸਿਆ ਕਸਾਂਗੇ ਇਹਦੇ ਨਾਲ ਹੀ ਇਹ ਲੈ ਕੇ ਆਇਆ ਵੀਰਾ ਬਾਹਰੋਂ ਇਹ ਵੀਰਾ ਬਾਹਰੋਂ ਲੈ ਕੇ ਆਇਆ ਸੀਗਾ ਬੈਗ ਵਿੱਚ ਪਾ ਕੇ ਹੈ ਨਾ ਅਤੇ ਇਹਦੇ ਵਿੱਚ ਉਹ ਕੀਤਾ ਸੀ ਉਹਨਾਂ ਨੇ ਜਾਣੀ ਇਹਦੇ ਨਾਲ ਇਹ ਫਿਲਟਰ ਖੋਲਣ ਨੂੰ ਆ ਨਾ ਐਂ ਲੱਗ ਕੇ ਬੜਾ ਸੋਹਣਾ ਖੁੱਲ੍ਹਦਾ ਹੁਣ ਮੈਂ ਆਹ ਦੇ ਜੀ ਆਹ ਦੇਖ ਸਕਦੇ ਹੋ ਇਹਨੂੰ ਐਂ ਵੜ ਕੇ ਇੱਦਾਂ ਚੌਂਕ ਤਾਂ ਢਿੱਲਾ ਸੀਗਾ ਤਾਂ ਐਂ ਖੁੱਲ੍ਹ ਗਿਆ ਜਿਵੇਂ ਆਹ ਦੰਦੇ ਇੱਥੇ ਲੱਗ ਕੇ ਟੈਡ ਕਰ ਦਿੰਦੇ ਇਹਨੂੰ ਚੱਕੋ ਜੀ ਐਂ ਖੁੱਲ੍ਹ ਜਾਂਦਾ ਹੈ ਨਾ ਫਿਲਟਰ ਵੀ ਐਂ ਸੌਖਾ ਖੁੱਲ੍ਹ ਗਿਆ ਜਿਹੜਾ ਲੱਗਿਆ ਸੀਗਾ ਅਤੇ ਇਹ ਵੀ ਕਰਤਾ ਹੈ ਕੱਦੂਲੀ ਤਿਆਰ ਆਹ ਪਤਾ ਇਹਦਾ ਨਵਾਂ ਕਰੋਸ ਜਿਹਾ ਵਿੱਚੋਂ ਅਤੇ ਬਾਕੀ ਤੇਲ ਤੂਲ ਚੇਂਜ ਕੀਤਾ ਇਹਦਾ ਆਹ ਅਤੇ ਉਹ ਦੋਨੇ ਤੇਲ ਚੇਂਜ ਕਰਤੇ ਆ ਇਹਦੇ ਵਿੱਚ ਹਲੇ ਹੋਰ ਪਾਉਣਾ ਥੋੜ੍ਹਾ ਜਿਹਾ ਘੱਟ ਗਿਆ ਸੀਗਾ ਬਾਕੀ ਤਿਆਰ ਆ ਹੁਣ ਤਵੇ ਖੋਲ੍ਹ ਦਾਂਗੇ ਕੱਦੂ ਵਾਲੇ ਕਿਉਂਕਿ ਤਵੇ ਖਰਾਬ ਹੁੰਦੇ ਹਰੇਕ ਵਾਰੀ ਤਵਿਆਂ ਦਾ ਕੰਮ ਹੁੰਦਾ ਨਹੀਂ ਹੈਗਾ ਕੱਦੂ ਦੇ ਵਿੱਚ ਕੋਈ ਆਪਾਂ ਹਾਂ ਨੜ ਖੋਲ੍ਹ ਕੇ ਬਾਅਦ ਚੋਂ ਖੋਲ੍ਹ ਦਾਂਗੇ ਜਦੋਂ ਨੇੜੇ ਗਏ ਹੁਣ ਹਲੇ ਪਾਉਣਾ ਇੱਕ ਵਾਰੀ ਬੰਨੇ ਬੁੰਨੇ ਲਾਉਣਾ ਰਹਿੰਦੇ ਆ ਅਤੇ ਉਹ ਲਾ ਕੇ ਉਦੋਂ ਬਾਅਦ ਆਪਾਂ ਤਵੇ ਦੋਨੇ ਖੋਲ੍ਹ ਦੇਣੇ ਆ ਪਰ ਠੀਕ ਆ ਜੀ ਸਵੇਰੇ ਮਿਲਦੇ ਹਾਂ ਤੇਲ ਤੂਲ ਪਾਉਣ ਲੱਗੇ ਬਾਕੀ ਅੱਬਲ ਦਾ ਮੇਰੇ ਤੋਂ ਪਹਿਲਾਂ ਤੇਲ ਪੈ ਜਾਣਾ ਜਦ ਨੂੰ ਸਵੇਰੇ ਉੱਠਣਾ ਡੈਡੀ ਉਹਨਾਂ ਨੇ ਤੇਲ ਪਾਇਆ ਪਿਆ ਉਹਨਾਂ ਦਾ ਆਪਾਂ ਖੇਡ ਹੀ ਮਿਲਾਂਗੇ ਅਤੇ ਲਓ ਜੀ ਗੁੱਡ ਮਾਰਨਿੰਗ ਜਾਣੀ ਦਿਨ ਚੜ੍ਹ ਗਿਆ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਤੜਕੇ ਆਪਣੇ ਉੱਠਣ ਤੋਂ ਪਹਿਲਾਂ ਤੇਲ ਤੂਲ ਬਦਲਿਆ ਹੋਊਗਾ ਫਿਲਟਰ ਲੱਗਿਆ ਹੋਊਗਾ ਉਹੀ ਕੰਮ ਹੋਇਆ ਆ 9:30 ਹੋਇਆ ਪੁੱਠ ਖੜ੍ਹੇ ਅਤੇ ਹਾਂ ਬਸ ਤੇਲ ਤੂਲ ਬਦਲਦਾ ਆ ਇਹਨੂੰ ਕਿੰਨੇ ਮੰਨਤਾ ਅੱਜ ਹਾਂ ਵੀ ਸ਼ਰਾਰਤਾਂ ਕਰਦਾ ਉਹ ਸਾਲਾ ਅਤੇ ਉਹ ਪਿਆ ਜੀ ਪੁਰਾਣਾ ਤੇਲ ਥੱਲੇ ਫਿਲਟਰ ਵੀ ਲੱਗ ਗਿਆ ਅਤੇ ਤੇਲ ਵੀ ਬਦਲਿਆ ਗਿਆ ਦੇਖ ਸਕਦੇ ਹੋ ਪਾਣੀ ਬਦਲਿਆ ਗਿਆ ਅਤੇ ਜੀ ਦੇਖ ਸਕਦੇ ਹੋ ਸਾਰਾ ਡਾਨਾ ਕੰਮ ਲਾ ਲਈਏ ਟੱਪਾ ਯਾਰ ਅਤੇ ਚੱਲੀਏ ਬਹੁਣ ਬੱਲੇ ਬੱਲੇ ਆਹ ਚੀਜ਼ ਦਾ ਬੜਾ ਫਿਰ ਰਸਤਾ ਮੈਂ ਕਾਲਾ ਤੇਲ ਲਾਤਾ ਢਿੱਡ ਤਾਂ ਹੁਣ ਰੰਗ ਮਰਿਆ ਹੋਇਆ ਹੈ ਨਾ ਚੱਲਿਆ ਪੱਧਾ ਅਤੇ ਆਹ ਦੇਖੋ ਮੈਂ ਉਹ ਫੇਰਤਾ ਕਾਲਾ ਤੇਲ ਨੂੰ ਹੀ ਬਰੱਸ਼ ਦਿੰਦਾ ਨੇ ਬਰੱਸ਼ ਨਾਲ ਇੱਥੋਂ ਲਾ ਕੇ ਫੇਰਤਾ ਪੂਰਾ ਕਾਲਾ ਕੱਢਦਾ ਅਤੇ ਜੀ ਹੋਈ ਗਿਆ ਖੇਤ ਨੂੰ ਰਵਾਨਾ ਹੁੱਕ ਕੱਢਦੀ ਕਰੋਸ ਪਾਤਾ ਉਹ ਬਈ ਹੁੱਕ ਕਰੋਸ ਕਰਦਾ ਆ ਫਿੱਟ ਚੱਲੀਏ ਵੀ ਹਾਏ ਹਾਏ ਇਹਦੇ ਬਿਨਾਂ ਸਟਾਰਟ ਨਹੀਂ ਹੁੰਦਾ ਹੈ
ਬਾਈ ਯਾਰ ਬੋਰਡ ਦੇਖੋ ਤੁਹਾਨੂੰ ਮੈਂ ਬੋਰਡ ਦਿਖਾਉਣਾ ਇੱਕ ਬਹੁਤ ਟਾਈਮ ਦਾ ਭੁੱਲ ਜਾਂਦਾ ਨਾ ਬੋਰਡ ਦੇਖੋ ਮਾੜਾ ਜਿਹਾ ਧਿਆਨ ਨਾਲ ਇਹ ਪਤੰਦਰ ਲਾ ਕੇ ਪੁੱਠਾ ਗਈ ਸੀਗੀ ਇਹਦੇ ਪਰਲੇ ਪਾਸੇ ਲੱਗੀਆਂ ਹੋਈਆਂ ਨੇ ਜਿਵੇਂ ਤਾਰਾਂ ਲਪੇਟੀਆਂ ਹੋਈਆਂ ਉਹ ਲੱਗੇ ਹੀ ਪੁੱਠਾ ਹੋਇਆ ਪੱਕਾ ਹੀ ਹਾਲੇ ਲਾਉਣ ਵਾਲੇ ਵੀ ਦੇਖ ਲਓ ਬਾਅਦ 'ਚ ਲਾਇਆ ਵੀ ਨਹੀਂ ਬੰਦੇ ਨੂੰ ਪਤਾ ਲੱਗ ਹੀ ਗਿਆ ਉਹ ਬੰਦਾ ਦੂਜੀ ਵਾਰ ਦੇਖਦਾ ਹੀ ਆ ਵੀ ਸਾਡਾ ਗਲਤ ਲੱਗ ਗਿਆ ਲਾਇਆ ਵੀ ਪਤੰਦਰਾਂ ਨੇ ਉਵੇਂ ਲਾ ਕੇ ਤੁਰ ਕੇ ਛੱਡ ਗਏ ਅੱਜ ਹੈਗੀ ਆ ਪਿੰਡ ਸ਼ਵੀਲ ਇਹ ਨਹੀਂ ਪਤਾ ਇੱਥੇ ਗੁਰਦੁਆਰੇ ਆ ਕੇ ਉੱਥੇ ਗੇਟ 'ਤੇ ਆ ਤਿੰਨ ਉਹ ਗੇਟ 'ਤੇ ਆ ਜੀ ਬਾਅਦ 'ਚ ਚੱਲਦੇ ਹਾਂ ਉੱਥੇ ਦਿਖਾਉਂਦੇ ਹਾਂ ਤੁਹਾਨੂੰ ਹੁਣ ਜਾ ਕੇ ਪਹਿਲਾਂ ਬੰਨੇ ਬੰਨੇ ਗੇੜਾ ਲਾਉਣਾ ਵਾ ਜਿਵੇਂ ਵੱਟਾਂ ਵੁੱਟਾਂ ਦੇ ਨਾਲ ਜਿਵੇਂ ਕੱਖ ਜਿਹਾ ਹੁੰਦਾ ਹੈ ਨਾ ਉਹ ਕੱਖ ਉੱਖ ਦੇ ਨਾਲ ਗੇੜੇ ਲਾ ਲਈਏ ਦੋ ਦੋ ਐਵੇਂ ਤੰਗ ਜਿਹਾ ਨਹੀਂ ਕਰਦੇ ਬਾਅਦ 'ਚ ਹੁਣ ਇੱਕ ਗੱਲ ਦਾ ਮੈਂ ਹੋਰ ਧਿਆਨ ਰੱਖਣਾ ਪਾਉਣਾ ਪਿਛਲੇ ਦੇਖਿਆ ਟਰੈਕਟਰ ਦੀ ਆਵਾਜ਼ ਵੱਧ ਆਈ ਜਾਂਦੀ ਸੀਗੀ ਮੇਰੀ ਘੱਟ ਆਉਂਦੀ ਸੀ ਮੈਂ ਥੋੜ੍ਹਾ ਜਿਹਾ ਹੌਲੀ ਬੋਲਦਾ ਸੀਗਾ ਮੈਨੂੰ ਸੀਗਾ ਜਿਵੇਂ ਨੋਰਮਲ ਆਵਾਜ਼ ਪਹੁੰਚੀ ਜਾਂਦੀ ਉਵੇਂ ਆਵਾਜ਼ ਪਹੁੰਚੀ ਜਾਂਦੀ ਹੋਣੀ ਆ ਪਰ ਆਵਾਜ਼ ਹੀ ਪਹੁੰਚਦੀ ਨਹੀਂ ਸੀਗੀ ਅਤੇ ਆਹ ਦੇਖੋ ਜੀ ਕੱਖ ਜਿਵੇਂ ਆਹ ਸਾਈਡਾਂ 'ਤੇ ਕੱਖ ਕਹਿ ਗਿਆ ਮੈਂ ਜਿਵੇਂ ਫੂਸ ਕੜਾ ਹੁੰਦਾ ਵਾ ਜਿਹੜੇ ਆਪਣੀ ਹੁਣ ਕਣਕ ਵੀ ਵੱਢੀ ਹੈ ਜਿਵੇਂ ਕਣਕ ਤਾਂ ਤਵੀਆਂ ਯਾਰ ਕਈ ਵਾਰ ਐਂ ਛਾਲ ਛੂਲ ਮਾਰ ਕੇ ਵੱਧ ਵੱਢ ਗਈਆਂ ਘੱਟ ਵੱਢ ਗਈਆਂ ਹੈ ਨਾ ਤਾਂ ਮੈਂ ਤਵੀਆਂ ਵਾਲੀਆਂ ਨੇੜੇ ਲਾ ਕੇ ਖੋਜਿਆ ਨਹੀਂ ਹੁੰਦਾ ਹੈਗਾ ਜਿਵੇਂ ਕੱਖ ਖਾਣਾ ਸਾਰਾ ਰੋਟਾਵੀਟਰ ਨੇ ਚੱਕ ਜੇ ਆਪਾਂ ਗੇੜੇ ਫੇਰਨੇ ਆ ਪੁੱਠੇ ਕਹਾਂਗੇ ਯਾਰ ਇੱਕ ਤਾਂ ਵਾ ਘੱਟ ਘਸਿਆ ਹੋਇਆ ਵਾ ਇੱਕ ਨਵਾਂ ਪਿਆ ਵਾ ਤਾਂ ਆਪਾਂ ਉਹ ਪਰਲੇ ਪਾਸੇ ਗੇੜੇ ਲਾਉਂਦੇ ਹਾਂ ਮੈਂ ਤਾਂ ਆਪਣੀਆਂ ਟੈਟ ਹੀ ਨੇ ਆਹ ਵੀ ਵਾਹੀ ਦੇਣਾ ਵਿੱਚ ਜੀ ਆਪਾਂ ਮਾੜੀ ਹੋ ਗਈ ਸਰ ਮੈਨੂੰ ਤਾਂ ਸੀਗਾ ਗੱਲ ਹੋਊਗੀ ਨਾਲੇ ਗੱਲ ਹੈ ਨਹੀਂ ਧੂੜੀ ਉੜਦੀ ਆ ਆਉਂਦਾ ਰੇਸ ਘੱਟ ਆ ਰੇ ਦਿੰਦਾ ਹੁਣ ਧੂੜ ਆਉਂਦੀ ਦੋ ਵਾਰ ਨਿਕਲ ਗਿਆ ਜਿਹੜੀ ਯਾਨੀ ਇੱਧਰੋਂ ਜਿਹੜਾ ਲੋਕ ਫਸਦਾ ਵਾ ਉਹ ਲੋਕ ਦੇ ਸਪਰਿੰਗ ਮਰ ਗਏ ਕੱਲ ਦਿੱਤਾ ਸੀਗਾ ਜਦੋਂ ਸੱਟਾਂ ਸੁੱਟਾਂ ਨਾਲ ਚਲਾਓ ਉੱਥੇ ਸੀ ਕ੍ਰੋਸ ਮੂਹਰਲਾ ਉਹਦਾ ਪਾਇਆ ਵਿਚਲਾ ਹੈ ਨਾ ਕ੍ਰੋਸ ਅਤੇ ਉਹ ਦੋ ਵਾਰ ਨਿਕਲ ਕੇ ਡੈਪ ਇੱਕ ਵਾਰ ਇੱਥੇ ਡਿੱਗਿਆ ਆ ਇੱਕ ਵਾਰ ਉਹ ਪਰਲੇ ਖੁੰਜੇ ਡਿੱਗਿਆ ਡੈਡੀ ਨਿਕਲੇ ਜਾਂਦੇ ਸੀਗੇ ਮੈਂ ਹੱਕ ਮਾਰ ਲਈ ਮੈਂ ਕਿਹਾ ਚੱਲ ਤੁਸੀਂ ਦੇਈ ਜਾਓ ਮਿਸਤਰੀ ਦੇ ਵੀ ਸਪਰਿੰਗ ਜਿਹਾ ਪੈਂਦਾ ਹੋਣੀ ਜੇ ਹੱਲ ਹੁੰਦਾ ਤਾਂ ਕਰ ਦੂਗਾ ਖੜ ਜਾਂਦੇ ਆਪਾਂ ਅੱਧਾ ਘੰਟਾ ਹੋਰ ਤਾਂ ਕੀ ਹੈਗਾ ਇਹਨੂੰ ਮਿੱਟੀ ਵੀ ਨਹੀਂ ਚੁੰਬੜੀ ਹੈਗੀ ਹਲਕੀ ਜਿਹੀ ਆ ਮੈਂ ਨਾ ਉਹ ਕਰਤਾ ਸੀਗਾ ਡਿੱਕ ਚੱਲੀ ਜਾਂਦਾ ਮੈਂ ਨਾ ਉੱਤ 'ਚ ਪਾਣੀ ਫੇਰਤਾ ਸੀ ਬੜਾ ਹਾਲਾ ਜਿਵੇਂ ਮੈਟ ਜਿਹਾ ਰੰਗ ਨਹੀਂ ਕੀਤਾ ਹੁੰਦਾ ਉਵੇਂ ਹੋਵੇਗਾ ਦੇਖੋ ਲੈ ਜਿਵੇਂ ਮੈਟ ਰੰਗ ਜਿਹਾ ਨਹੀਂ ਹੁੰਦਾ ਹੈਗਾ ਕਾਲੇ ਤੇਲ ਮੈਂ ਪਾਣੀ ਫੇਰਤਾ ਮੈਂ ਕਿਹਾ ਚੱਲ ਮਿੱਟੀ ਨਹੀਂ ਜੰਮੂ ਮਿੱਟੀ ਸੱਚੀ ਨਹੀਂ ਜੰਮੀ ਹੈਗੀ ਬਾਕੀ ਹੁਣ ਇਹਦੇ ਆਹ ਵੀ ਦੇ ਦੇਣੇ ਆਪਾਂ ਵੇਟ ਖੋਲ੍ਹ ਕੇ ਗੱਡੀ ਤੱਕ ਕੇ ਲੈ ਜਾਣੇ ਆਹ ਵੇਟ ਅਤੇ ਪਿਛਲੇ ਡੈਰਾਂ ਵਾਲੇ ਵੇਟ ਰੰਗ ਕਰਾ ਦੇਣੇ ਆ ਦੁਬਾਰੇ ਕਿਉਂਕਿ ਰੰਗ ਇਹਨਾਂ ਦਾ ਬਹੁਤ ਮਰ ਗਿਆ ਬਾਕੀ ਦਾ ਸੈੱਟ ਪਿਆ ਇਹਨਾਂ ਦਾ ਰੰਗ ਜਾਣੀ ਲਿਆ ਹੋਇਆ ਥੋੜ੍ਹਾ ਜਿਹਾ ਹੈ ਨਾ ਇਹਨਾਂ ਨੂੰ ਆਪਾਂ ਕਰਾ ਦੇਣਾ ਆ ਅਤੇ ਬਈ ਆ ਪੈੱਨ ਨਵੀਂ ਪਾਤੀ ਖਰਾਬ ਹੋ ਗਈ ਸੀਗੀ ਪੈੱਨ ਤਾਂ ਨਿਕਲਦਾ ਸੀਗਾ ਤੁਹਾਨੂੰ ਇੱਕ ਪੈੱਨ ਵਾਲੀ ਆ ਹਾਂਜੀ ਹਾਂਜੀ ਕੈੜਾ ਜੀ ਇੱਕ ਤਾਂ ਆਹ ਪੂਰਾ ਵਧੀਆ ਪੈ ਜਾਣਾ ਅਤੇ ਲਓ ਜੀ ਦੇਖ ਸਕਦੇ ਹੁਣ ਕੰਮ ਸੈੱਟ ਆ ਉਹੀ ਸੀਗਾ ਉਹਦਾ ਪੈੱਨ ਜੀ ਇੱਕ ਟੁੱਟ ਗਈ ਹੈ ਨਾ ਵਿੱਚੋਂ ਜਾਣੀ ਫਰੀ ਹੋ ਗਈ ਜਿਹੜਾ ਕੋਈ ਮਰਜ਼ੀ ਲਾ ਲਓ ਉਹ ਬਾਈ ਕੋਲ ਇੱਕ ਹੀ ਪੈੱਨ ਸੀਗੀ ਇੱਕ ਲਿਆ ਕੇ ਬਾਅਦ ਚੋਂ ਪਾਵਾਂਗੇ ਹੁਣ ਕੰਮ ਚੱਲਦਾ ਪੂਰਾ ਵਧੀਆ ਐਂ ਦਿਆ ਚੱਲਦਾ ਰੋਟਾ ਵੀਟਰ ਤੇ ਲਾ ਚੱਕਰ ਦੇਖ ਲਿਓ ਨਾਲੇ ਦੂਆ ਗੇੜਾ ਜੇ ਕਹੀਏ ਪੋਲਾ ਵੱਧ ਹੋਇਆ ਦੂਆ ਗੇੜਾ ਲੀਵਰ ਦੋਨੋਂ ਗੱਲ ਲੈਣੇ ਅਤੇ ਜੀ ਪਰਲਾ ਦਾ ਬਾਹ ਹੱਟਿਆ ਆ ਇਹ ਡਲੇ ਜਿਹੇ ਬਣੇ ਪਏ ਪਹਿਲਾਂ ਹੜਾ ਆਉਣਾ ਬਾਹਿਆ ਇੱਕ ਲਾਇਆ ਥੋੜ੍ਹਾ ਜਿਹਾ ਨਾ ਅਤੇ ਮੈਂ ਕਿਹਾ ਚੱਲ ਵਧੀਏ ਆਪਾਂ ਗੇਅਰ ਜਿਵੇਂ ਪੱਟਾ ਪਾ ਕੇ ਡਲੇ ਜਿਹੇ ਭੋਰ ਦੀਏ ਮਾੜੇ ਮਾੜੇ ਉੱਪਰ ਲੈਫਟ ਆ ਅਤੇ ਜੀ ਉਹ ਸਾਰਾ ਵਾਹਤਾ ਦੇਖ ਸਕਦੇ ਹੋ ਜਿਹੜਾ ਇਹ ਲੱਗਿਆ ਸੀਗਾ
ਆ ਬਾਟੀ ਸੀਗੀ ਇੱਕ ਪੱਕੀ ਵਿਚਾਲੇ ਕੱਖ ਵਾਲਾ ਹੀ ਮਰੀ ਪਈ ਮੈਂ ਕਿਹਾ ਚੱਲ ਫੇਰ ਪਾ ਦਾਂਗੇ ਹੁਣ ਬੱਟ ਵਾਲੀ ਜਗ੍ਹਾ ਤੇ ਲੋਹਾ ਲੈਣ ਦਾ ਆਉਂਦਾ ਪੂਰਾ ਤੇ ਮੈਂ ਚੱਲ ਬੱਟ ਦੁਬਾਰੇ ਪਾ ਦਾਂਗੇ ਹਨਾ ਆਹ ਦੇ ਬਾਈ ਇਹ ਜਿਹੀਆਂ ਬੱਟਾਂ ਦੇ ਹੁੰਦਾ ਸਾਰਾ ਨਾ ਜਿਵੇਂ ਆਹ ਬੱਟਾਂ ਨੇ ਕੱਖ ਵਾਲਾ ਕਿਵੇਂ ਖੜਾ ਵਾ ਕੇ ਇੱਧਰ ਪਾਣੀ ਬੁਣੀਆ ਲੱਗਦੇ ਕਰਕੇ ਆਹ ਵੀ ਪਾਣੀ ਉਦੋਂ ਦੇਖਣ ਵਾਲੇ ਪਿਛਲੇ ਬਲੋਗ ਦੇ ਵਿੱਚ ਵਿਆਹ ਨਹੀਂ ਸੀਗਾ ਪਾਣੀ ਟੁੱਟਿਆ ਹੋਇਆ ਸੀਗਾ ਹੁਣ ਆਹ ਬੱਟ ਦੇ ਨਾਲ ਨਾਲ ਰੋਟਾ ਬੀਟਰ ਲੱਗ ਗਿਆ ਹੈਗਾ ਸਾਰੀ ਵਧੀਆ ਬਣ ਜਾਣੀ ਉੱਥੇ ਦਿਖਾਉਣਾ ਤੁਹਾਨੂੰ ਮੈਂ इन्ना हो गया बाकी तो हम स्प्रे स्प्रे होगी बट्टा देगा पला रही है सारे ही गेड़ा पिंड सब तो बड़िया खर्चा सारे भी आई हुई है पानी छा इधर चल पानी पी लग जाए कर रविंद्र सिंह फिर कमा दे मैं इतनी पराली जी पत सी मैं चल इधर ही ला दी गेट दो फादर साहब वालों सेवा निभाई गई छबील वाला पानी छोले हाँ मैं गर्म गर्म रखे इधर कट देखो सारा पिंड इतने आज बस कर दिए काम लो भाई जी क्या भी चक दे जिते इतने देखता मैंने माड़ा मोटा लाने वाला पराली पराली पलाना बरसीम वाला अब क्या भी परला रहने दे बाद ये कुछ है नहीं गा उधर डबल गेड़ा लाने की लड़ा डबल गेड़ा लाने की लड़ ही है नहीं देखा इधर बस रख के लै जाने उधर इधर भाई जी हमें गर्मी का आनंद लेंदे हुए वह परला निकल गया वीडियो भी बनती मतलब आह ट्रैक्टर या नेड़े आया देख के डर गया बेचारा आ दे इधर गर्मी लगती है जानवरों भी यार गर्मी है बड़ी हाली बाद जी पर हरे लग गए इधर लाने रह गए अपने इधर भी ला दी तो बई निबड़ गया इदा इधर पनीर हो लग रहा पानी बाद इतने तक ही बहना सी बाकी का हले बड़े मसीन खड़ा वह कम दी बीज आ बन जाना वा इधर लाऊ ही बेकार धोन लग गया है मैं पानी जहाँ मार दी रोटा बिटर से पर पीपी जी मैं देखा बिच वो भैया वो कदे कुतरी कतरी गई बच्चे पता नहीं जाना पानी पुनी ना चली गई उधर ना कुछ तो चलीए बकर आना भी हो गई सफाई जी जो गल करता जाना इतने चार पाना आज कंध खड़ी करनी इधर बस जिते आ सुहागा जहा प्यार वालों उत्थे आए कंध खड़ी कर देनी आप रोटा बिटर से मार दिए पानी ये भाई जी अपना असूल ही आ पहला तो आप कहते टायर पहला नहीं लिखाए जिन्ना टाइम है टायर की पूरी तसली नहीं होंगी हूँ ये तसली कर रहे हैं आप बुलट का टायर देखो मैं जिन्ना टाइम है पूरी तसली नहीं होंगी घरे रख लेने आ भी रख लेने आप कहीं टंग देने इन्हों कट्ठे करके ना मजा एक उपर पुराने जीप जूप दे मैं कहना वह लेंसर दे पेल थले पे जड़े पतले वाले आहो लेंसर दे होंगे वह ऐ कई रखे हुए कम आई जाते एक मैं घर रंग रुंग करके रखे हुए अद्धे तोता गया जी दोनों तोते गए वह भी तोता गया वह भी तोता गया ये घर कपड़ा जहा मार दिया हले इतने का गला पानी जहा मारिया मैं मिट्ट जहा ले जूगा चल अपना आह इतने फिर तो भाई जी कढ़ता रोटा बिटर उधर तो करिए अपनी वीडियो इतनी खत्म वाली बड़िया नहीं करनी वीडियो छोटिया जी ठीक आ मैं कल ना एडिट करता पाया एक वीडियो अपलोड तो शायद मैं ना ही करा वो कुछ मिनट की सी जिमें 8-9 मिनट की सी है ना इन्नी सौखी एडिट हुई बस झट दिन एडिट सेव भी होगी मैं खाली दूजी वीडियो तो सेव होनी जी नहीं आती हूँ झट सेव तो मैं कम सारा सौखा लोग एवं नहीं रेगुलर लिखी जाते 9-10 मिनट वीडियो वाधू है यार मैं कहना हूँ पता नहीं किन्ने की बने आती है हिसाब जहाँ ही होंगे भी इन्ने मिनट की बनूगी पर बने आती है जाके बाली लंबी है ना छोटिया पाया करिए मेरा रा कोशिश आ भी छोटी पाइए पर हाली ना ना करती बड़े बड़ी बने आती है वीडियो है ना तो ना डिट होंगी ना कुछ और तुम आप हिसाब ला लो अज हैगी 3 जून जून ही है ना जून अच
ਤੇ 3 June ਆ ਤੁਸੀਂ ਆਪ ਹੀ ਹਿਸਾਬ ਲਾ ਲਿਓ ਇਹ ਵੀਡੀਓ ਅਪਲੋਡ ਕਿੱਦਣ ਹੋਣੀ ਆ ਇੰਨੀਆਂ ਵੀਡੀਓ ਮੂਹਰੇ ਪਈਆਂ ਰਹਿੰਦੀਆਂ ਨੇ ਐਡਿਟ ਕਰਨ ਦੀ ਵੀ ਐਡਿਟ ਨਾ ਹੀ ਹੁੰਦੀਆਂ ਜਿਹੜੀਆਂ ਪਈਆਂ ਰਹਿੰਦੀਆਂ ਕਿੰਨਾ ਕਿੰਨਾ ਟਾਈਮ ਐਡਿਟ ਨਹੀਂ ਕਰ ਹੁੰਦੀਆਂ ਹੈਗੀਆਂ ਬਸ ਅਪਲੋਡ ਹੁੰਦੀਆਂ ਨੇ ਅਤੇ ਕੱਢਦਾ ਰੂਟਾ ਚੱਲੀਏ ਘਰਾਂ ਨੂੰ ਠੀਕ ਆ ਕਰਦੇ ਹਾਂ ਜੀ ਖਤਮ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।